प्यारे दोस्तों, मैं हूं डॉक्टर अवतार सिंह, चीफ ऑर्थोपेडिक सर्जन, अमनदीप ग्रुप ऑफ हॉस्पिटल्स। आज मैं तुहानूं हड्डियां दे ना जुड़न दे कारणां बारे थोड़ी जी जानकारी देवांगा। तकरीबन 100 दे विचों 5 मरीजां दीआं हड्डियां जिहड़ियां ने ओह किसे भी इलाज दे बावजूद नहीं जुड़दियां। हड्डियां ना जुड़न दे बहुत सारे कारण हुंदे आ। जे मरीज़ नूं शूगर है ਜਾਂ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹੋਣ ਜਾਂ ਸਿਗਰਟ ਨੋਸ਼ੀ ਕਰਦੇ ਹੋਣ ਤਾਂ ਇਹਨਾਂ ਮਰੀਜ਼ਾਂ ਦੇ ਵਿੱਚ ਹੱਡੀਆਂ ਜੁੜਨ ਦੇ ਜਿਹੜੇ ਨੇ ਉਹ ਚਾਂਸਿਸ ਘੱਟ ਜਾਂਦੇ ਆ। ਇਸ ਤੋਂ ਇਲਾਵਾ ਜੇ ਬਹੁਤ ਜ਼ਿਆਦਾ ਭਿਆਨਕ ਐਕਸੀਡੈਂਟ ਹੋਇਆ ਹੋਵੇ ਔਰ ਹੱਡੀ ਜਿਹੜੀ ਹੈ ਉਹ ਜ਼ਖਮ ਤੋਂ ਬਾਹਰ ਨਿਕਲ ਆਵੇ ਤਾਂ ਵੀ ਉਹਨਾਂ ਹੱਡੀਆਂ ਦੇ ਜੁੜਨ ਦੇ ਚਾਂਸਿਸ ਘੱਟ ਜਾਂਦੇ ਆ। ਜਾਂ ਹੱਡੀ ਦੇ ਜ਼ਿਆਦਾ ਪੀਸਿਸ ਹੋ ਜਾਣ, ਹੱਡੀ ਚੂਰਾ ਚੂਰਾ ਹੋ ਜਾਏ ਤਾਂ ਵੀ ਹੱਡੀ ਦੇ ਜੁੜਨ ਦੇ ਚਾਂਸਿਸ ਜਿਹੜੇ ਨੇ ਉਹ ਘੱਟ ਜਾਂਦੇ ਨੇ। ਇਸ ਤੋਂ ਇਲਾਵਾ ਜੇ ਓਪਰੇਸ਼ਨ ਤੋਂ ਬਾਅਦ ਹੱਡੀ ਦੇ ਵਿੱਚ ਪਸ ਪੈ ਜਾਵੇ ਤਾਂ ਵੀ ਹੱਡੀ ਜੁੜਨ ਦੇ ਚਾਂਸਿਸ ਜਿਹੜੇ ਨੇ ਉਹ ਬਹੁਤ ਘੱਟ ਜਾਂਦੇ ਨੇ। ਇਹਨਾਂ ਕਾਰਨਾਂ ਤੋਂ ਇਲਾਵਾ ਜੇ ਅੱਛਾ ਓਪਰੇਸ਼ਨ ਹੋਇਆ ਹੋਵੇ ਪਰ ਮਰੀਜ਼ ਸਮੇਂ ਤੋਂ ਪਹਿਲਾਂ ਭਾਰ ਪਾਉਣਾ ਸ਼ੁਰੂ ਕਰ ਦੇਣ ਤਾਂ ਵੀ ਹੱਡੀ ਜਿਹੜੀ ਹੈ ਉਹ ਨਹੀਂ ਜੁੜਦੀ ਜਾਂ ਲੇਟ ਜੁੜਦੀ ਹੈ। ਇਸ ਤੋਂ ਇਲਾਵਾ ਹੱਡੀ ਨਾ ਜੁੜਨ ਦੇ ਹੋਰ ਵੀ ਕਾਰਨ ਹੁੰਦੇ ਨੇ, ਜਿਸ ਤਰ੍ਹਾਂ ਰੋਡ ਜਾਂ ਪਲੇਟਸ ਜੇ ਮਾੜੀ ਕੁਆਲਿਟੀ ਦੀਆਂ ਪੈ ਜਾਣ ਜਾਂ ਓਪਰੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਨਾ ਹੋਵੇ, ਅਨਟ੍ਰੇਨਡ ਸਰਜਨਸ ਨੇ ਜਾਂ ਆਮ ਛੋਟੇ ਹਸਪਤਾਲ ਜਿੱਥੇ ਹੱਡੀਆਂ ਦੇ ਓਪਰੇਸ਼ਨ ਘੱਟ ਹੁੰਦੇ ਨੇ, ਜੇ ਉੱਥੇ ਵੀ ਹੱਡੀਆਂ ਦੇ ਓਪਰੇਸ਼ਨ ਕੋਈ ਬੰਦਾ ਕਰਵਾਉਂਦਾ ਹੈ ਤਾਂ ਉਹਨਾਂ ਦੇ ਵੀ ਜੁੜਨ ਦੇ ਚਾਂਸਿਸ ਘੱਟ ਜਾਂਦੇ ਨੇ।